ਇੰਡੀਆ ਦੇ 200 ਰੁਪਏ ਪਰ ਲੀਟਰ ਦੁੱਧ ਆ। ਇੱਧਰ ਆ ਸਾਰਾ ਬੀਫ ਆ, ਆ ਦੇਖਿਓ ਇਹ ਹੈਗਾ ਜੀ ਹੋਲ ਚਿਕਨ $4.5 ਦਾ ਕਿਲੋ। ਸੂਰ ਦੀ ਲੱਤ ਆ ਦੇਖ ਲਓ, ਸਮੈਲ ਵੀ ਕਾਫੀ ਗੰਦੀ ਹੋਣ ਲੱਗ ਪਈ ਆ। ਇੱਥੇ ਵਾਟਰਮੈਲਨ ਇਹਦਾ ਕਟਿੰਗ ਚ ਮਿਲਦੇ ਆ। ਆਹ ਮਸ਼ਰੂਮ ਦੇਖੋ ਕਿੰਨੇ ਵੱਡੇ ਨੇ ਮਸ਼ਰੂਮ। ਇਹ ਆਈ ਹੈ ਜੀ $124 ਦੀ। ਇਹ ਮਸ਼ੀਨ ਨੇ ਖੁਦ ਹੀ ਵੇਟ ਦੇ ਹਿਸਾਬ ਨਾਲ ਪ੍ਰਾਈਜ਼ ਲਾ ਦੇਣਾ। ਟਰੋਲੀ ਆਪਣੀ ਸਿੱਧੀ ਘਰ ਆਈ ਆ। ਹਾਂਜੀ ਗਏ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਸਾਰੇ। ਸੋ ਅੱਜ ਅਸੀਂ ਜਾ ਰਹੇ ਹਾਂ ਜੀ ਗਰੋਸਰੀ ਕਰਨ ਵਾਸਤੇ। ਅੱਜ ਦੇ ਵਲੋਗ ਤੁਹਾਨੂੰ ਦੱਸਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਰਾਸ਼ਨ ਪਾਣੀ ਮਿਲਦਾ ਗਰੋਸਰੀ, ਉਹਦਾ ਕੀ ਪ੍ਰਾਈਜ਼ ਹੈ, ਕਿਹੜਾ ਸਮਾਨ ਕਿੰਨੇ ਦਾ ਵਾ। ਇੱਥੇ ਗਰੋਸਰੀ ਹੁੰਦੀ ਆ ਵੀਕਲੀ, ਰਾਸ਼ਨ ਹੁੰਦਾ ਵਾ ਹਰ ਘਰ 'ਚ ਵੀਕਲੀ, ਕੋਈ ਡੇਲੀ ਵੀ ਕਰਦੇ ਆ ਕੋਈ ਵੀਕਲੀ ਕਰਦੇ ਆ। ਤੇ ਸਾਰੇ ਪ੍ਰਾਈਜ਼ ਵਗੈਰਾ ਤੁਹਾਨੂੰ ਦੱਸਾਂਗੇ ਵਲੋਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਆਪਾਂ ਚੱਲੇ ਕੋਲਸ ਤੇ ਦੋ ਬਿਗੈਸਟ ਸਟੋਰ ਆ, ਤਿੰਨ ਬਿਗੈਸਟ ਸਟੋਰ ਆ, ਇੱਕ ਐਲਡੀ, ਐਲਡੀ ਯੂਕੇ ਵੀ ਆ, ਹਰਮਨਵੀਰ ਇਹਨਾਂ ਦਾ ਪਤਾ ਹੀ ਹੁਣ। ਕੋਲਸ ਤੇ ਵੂਲਵਰਥ ਦੋ ਬਿਗੈਸਟ ਸਟੋਰ ਆ, ਉਦੋਂ ਥੱਲੇ ਐਲਡੀ। ਪਰ ਆਪਾਂ ਜਾਣਾ ਵਾ ਕੋਲਸ, ਆਪਾਂ ਕੋਲਸ ਜਾ ਰਹੇ ਹਾਂ। ਸੋ ਅੱਜ ਦੇ ਵਲੋਗ ਦੇ ਵਿੱਚ ਤੁਹਾਨੂੰ ਸਾਰਾ ਦੱਸਾਂਗੇ ਕਿ ਗਰੋਸਰੀ ਦਾ ਅਸ਼ੇ ਦੇ ਵਿੱਚ ਕੀ ਪ੍ਰਾਈਸ ਆ, ਕਿੰਨਾ ਕੀ ਹਿਸਾਬ ਕਿਤਾਬ ਆ। ਸੋ ਵਲੋਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਕਾਫੀ ਕਮੈਂਟਸ ਆ ਰਹੇ ਸੀ ਕਿ ਗਰੋਸਰੀ ਤੇ ਵੀ ਇੱਕ ਵਲੋਗ ਬਣਾਓ। ਸੋ ਫਾਈਨਲੀ ਆਪਾਂ ਗਰੋਸਰੀ ਕਰਨ ਚੱਲੇ ਹਾਂ। ਟਾਈਮ ਹੋ ਗਿਆ ਵਾ ਜੀ ਰਾਤ ਦੇ 10-11 ਵਜੇ ਤੱਕ ਸਟੋਰ ਖੁੱਲ੍ਹਾ ਵਾ। ਸੋ ਆਪਾਂ 1 ਘੰਟੇ ਦੇ ਅੰਦਰ ਗਰੋਸਰੀ ਕਰਕੇ ਆਉਣੀ ਆ। ਸੋ ਚੱਲਦੇ ਆ ਜਿੱਥੇ ਆਪਾਂ ਰਹਿ ਰਹੇ ਆ, ਅਪਾਰਟਮੈਂਟ ਦੇ ਸਾਡੇ ਥੱਲੇ ਹੀ ਗਰੋਸਰੀ ਸਟੋਰ ਆ, ਸ਼ੋਪਿੰਗ ਸੈਂਟਰ, ਸ਼ੋਪਿੰਗ ਸੈਂਟਰ ਆ, ਗਰੋਸਰੀ ਸਟੋਰ, ਸਾਰਾ ਕੁਝ, ਖਾਣ ਪੀਣ, ਰੈਸਟੋਰੈਂਟ ਸਭ ਥੱਲੇ। ਚਲੋ ਜੀ, ਫੇਰ ਤੁਸੀਂ ਕਹਿਣਾ ਕਿ ਇੱਕੋ ਹੀ ਗੱਲ ਕਰਦੇ ਰਹਿੰਦੇ, ਪਰ ਹਵਾ ਬਹੁਤ ਤੇਜ਼ ਚੱਲ ਰਹੀ ਹੈ ਤੇ ਮੜਾ ਮੜਾ ਤੇ ਕਣੀਆਂ ਪੈ ਰਹੀ ਹੈ, ਭੂਰ ਪੈ ਰਹੀ ਹੈ। ਹਾਂਜੀ, ਤੇ ਇਹ ਆ ਜੀ ਸ਼ੋਪਿੰਗ ਸੈਂਟਰ। ਹੁਣ ਤਾਂ ਇੱਥੇ ਕੋਈ ਵੀ ਨਹੀਂ ਦਿਖ ਰਿਹਾ, ਇਹ ਹੈਗਾ ਸਾਊਥ ਵਿਲੇਜ। ਆਪੇ ਖੋਲ ਰਹੇ ਨੇ ਗੇਟ। ਹੁਣ ਸਭ ਤੋਂ ਪਹਿਲਾਂ ਆਪਾਂ ਕਿੱਧਰ ਜਾਣਾ ਵਾ? ਸਭ ਤੋਂ ਪਹਿਲਾਂ ਆਪਾਂ ਲੈਣੀ ਆ ਬੈਰੀਜ਼। ਓਕੇ, ਬੈਰੀਜ਼ ਤੋਂ ਕਰਦੇ ਸ਼ੁਰੂਆਤ, ਇੱਥੇ ਨਹੀਂ ਉਹ ਲੱਗੀ ਆ ਉੱਥੋਂ। ਚਲੋ, ਇਹ ਪਹਿਲਾ ਸੈਕਸ਼ਨ ਹੈਗਾ ਸਾਰਾ ਫਰੂਟਸ ਦਾ। ਆਹ ਫਰੂਟ ਜਿਹੜਾ ਹੈ, ਗੈਸ ਕਰੋ ਇਹ ਆ ਲਿਖਿਆ, ਇਹ ਕਿਹੜਾ ਵਾ? ਡਿਊਰੀਅਨ। ਇਹ ਪਤਾ ਨਹੀਂ ਕਿਹੜਾ ਫਰੂਟ ਆ, ਕਿਹੜਾ ਹੀ ਹੈ ਇਹ? ਆਸਟ੍ਰੇਲੀਅਨ ਫੂਡ ਆ, ਫਰੂਟ, ਫਰੂਟ ਸੌਰੀ, ਪਤਾ ਨਹੀਂ ਕਿਹੜਾ। ਇਹ ਹੈਗਾ ਡਿਊਰੀਅਨ, ਆ ਸਪੈਸ਼ਲ ਦੁਬਈ ਤੋਂ ਆਉਂਦੀਆਂ ਮਜਦੂਲ ਡੇਟਸ, ਇੰਨੀਆਂ ਘੈਂਟ ਆ ਨਾ, ਥੋੜੀਆਂ ਜਿਹੀਆਂ ਮਹਿੰਗੀਆਂ ਹੁੰਦੀਆਂ ਮਜਦੂਲ ਆ ਰਹੀਆਂ ਆ ਰਹੀਆਂ $9 ਦੀਆਂ। ਇਹ $20 ਦੀਆਂ ਕਿਲੋ ਆ, ਇਹ 450 ਗ੍ਰਾਮ ਦਾ, ਬਟ ਇਹ ਬੜੀਆਂ ਹੀ ਜ਼ਬਰਦਸਤ। ਓਕੇ, ਇਹ ਸਪੈਸ਼ਲੀ ਦੁਬਈ ਤੋਂ ਆਉਂਦੀਆਂ ਨੇ, ਸਪੈਸ਼ਲੀ ਦੁਬਈ ਤੋਂ ਆਉਂਦੀਆਂ। ਆ ਚੈੱਕ ਕਰੋ, ਇਦਾਂ ਦੀ ਖਜੂਰ ਹੈ ਇਹ, ਸੁੱਕੀ ਜੀ ਟਾਈਪ, ਬਟ ਚੀਜ਼ ਬੜੀ ਜ਼ਬਰਦਸਤ ਹੈ। ਇਹ ਸਾਰਾ ਏਰੀਆ ਹੈਗਾ ਫਰੂਟਸ ਦਾ, ਹਰ ਇੱਕ ਤਰ੍ਹਾਂ ਦਾ ਫਰੂਟ ਮਿਲ ਜੂਗਾ। ਤੇ ਇੱਧਰ ਹੁੰਦੇ ਆਪਾਂ, ਇੱਧਰ ਹੈਗਾ ਪਾਈਨਐਪਲ, ਪਾਈਨਐਪਲ ਦਾ ਪ੍ਰਾਈਸ ਚੱਲ ਰਿਹਾ ਵਾ $2.5, ਹਾਫ ਹਾਫ ਦਾ। ਇਹ ਖਾਣਾ? ਨਾ ਨਾ, ਮੈਂ ਨਹੀਂ ਖਾਣਾ, ਨਹੀਂ ਨਹੀਂ ਮੈਂ ਮਨ ਕਰਦਾ ਚੱਕੋ, ਆਪਾਂ ਖਾਵਾਂਗੇ। ਦਾ ਮੌਸਮ ਚੱਲ ਰਿਹਾ, ਆ ਦੇਖਿਓ ਅੰਬ ਕਿੰਨੇ ਸੋਹਣੇ ਸੋਹਣੇ ਆ ਯਾਰ, ਆਪਾਂ ਮੈਂਗੋ ਖਾਵਾਂਗੇ। ਇਹ ਹੈਗਾ ਵਾ, ਆਪਾਂ ਲੈਣਾ ਮਿੱਠੇ ਵਾਲਾ ਮੈਂਗੋ। ਇਹ ਮਿੱਠੇ ਨਹੀਂ ਆ? ਇਹ ਮਿੱਠੇ ਨਹੀਂ ਆ। ਓਕੇ, ਇਹ ਮੈਂਗੋਸ ਦਾ ਪ੍ਰਾਈਸ ਹੈਗਾ ਵਾ ਜੀ, ਆ ਦੇਖੋ $2 ਆਲਮੋਸਟ, ਪਰ ਆਪਾਂ ਆ ਬਾਏ ਨਹੀਂ ਕਰਨਾ। ਓਕੇ, ਕਿਉਂਕਿ ਇਹ ਤਾਂ ਇਹ ਮਿੱਠਾ ਹੁੰਦਾ, ਗੱਲ $1 ਮਹਿੰਗੇ ਦੀ ਨਹੀਂ, ਬਟ ਇਹ ਜ਼ਬਰਦਸਤ ਚੀਜ਼ ਹੈ। ਓਕੇ, ਜੇ ਅੰਬ ਮਿੱਠੇ ਨਹੀਂ ਲੱਗਿਆ ਤਾਂ ਤੁਹਾਨੂੰ ਮਜ਼ਾ ਹੀ ਨਹੀਂ ਆਉਣਾ, ਫਾਇਦਾ ਨਹੀਂ ਕੋਈ। ਤੇ ਇੱਧਰ ਆ ਵੀ ਹੈਗਾ ਵਾ ਜੀ, ਆ ਦੇਖੋ ਮੈਂਗੋਸ ਵੀ ਕਾਫੀ ਤਰ੍ਹਾਂ ਦੇ ਆ। ਇਹ ਕਹਿੰਦੇ ਜੇ ਉਦਾਂ ਮਹਿੰਗੇ ਹੋ ਇੰਨੇ ਲੱਗੇ, ਜੇ ਕਹਿੰਦੇ ਤੁਸੀਂ 6 ਮੈਂਗੋ ਲੈਣੇ 7.5 ਦੇ, ਇਹ ਵੀ ਚੱਕ ਸਕਦੇ। ਬਟ ਇਹ ਕੁਇਕ ਈਟਲੀ ਹੁੰਦਾ ਸਮਾਨ, ਜਿੱਦਾਂ ਜੇ ਇਹਨਾਂ ਨੇ ਕੁਇਕ ਸੇਲ ਲਾਈ ਆ, ਇਟ ਮੀਨਸ ਤੁਸੀਂ 2 ਦਿਨਾਂ ਦੇ ਅੰਦਰ ਅੰਦਰ ਫਿਨਿਸ਼ ਕਰ ਦੇਣਾ। ਓਕੇ, ਬਟ ਜੇ ਕਿਸੇ ਨੇ ਜਾਣਾ ਆ, ਗੈਸਟ ਆਏ ਆ, ਮੈਂਗੋ ਸ਼ੇਕ ਪੀਣਾ ਆ, ਤੇ ਸਮਾਨ ਚੱਕੋ ਇੱਦਾਂ। ਦੇਖੋ ਇੱਥੋਂ ਪੋਲੀਥੀਨ ਆਪਾਂ ਲੈ ਲਿਆ ਵਾ, ਤੇ ਪੂਰਾ ਚੈੱਕ ਕਰਕੇ ਬਾਏ ਕਰਾਂਗੇ। ਚਲੋ, ਡਿਫਰੈਂਟ ਸਟੈਂਡ ਹੋ ਜਾਂਦਾ। ਆਪਾਂ ਅੰਬ ਲੈ ਲਈਏ, ਦੋ ਅੰਬ ਲੈ ਲਈਏ, ਦੋ ਬੋਤਲ, ਕੀ ਬਾਤ ਹੈ, ਗੁੱਡ ਆ। ਆ ਜਿਹੜੇ ਮੈਂਗੋ ਲਏ ਆਪਾਂ, ਇਹ ਇੱਕ ਪੀਸ $3 ਦਾ ਵਾ, ਤੇ ਦੋ ਹੋ ਗਏ ਆਪਣੇ $6 ਦੇ, ਤੇ ਇੱਕ ਆਪਾਂ ਵਾਟਰਮੈਲਨ ਲਵਾਂਗੇ। ਤੇ ਵਾਟਰਮੈਲਨ ਦਾ ਪ੍ਰਾਈਸ ਹੈਗਾ ਵਾ $3.90, ਆਲਮੋਸਟ $4 ਦਾ ਇੱਕ ਪੀਸ ਆ। ਇਦਾਂ ਕਰਦੇ ਕਿ ਆ ਥੋੜਾ ਆ ਜ਼ਿਆਦਾ ਜੂਸੀ ਜਿਹਾ ਲੱਗ ਰਿਹਾ, ਚਲੋ ਥੋੜਾ ਰੈੱਡ ਆ। ਤੇ ਇੱਧਰ ਬੈਰੀਜ਼ ਵੀ ਆਈਆਂ ਨੇ, ਰੈਸ ਬੈਰੀਜ਼, ਕੋਈ ਚੀਜ਼ਾਂ ਕਿਲੋ ਦੇ ਹਿਸਾਬ ਨਾਲ, $3.5 ਦੀਆਂ, ਕੋਈ ਚੀਜ਼ਾਂ ਕਿਲੋ ਦੇ ਹਿਸਾਬ ਨਾਲ, ਕੋਈ ਚੀਜ਼ਾਂ ਪਰ ਪੀਸ ਦੇ ਹਿਸਾਬ ਨਾਲ। ਓਕੇ, ਉਹ ਉੱਤੇ ਲਿਖਿਆ ਹੁੰਦਾ ਤੇ ਉਸ ਹਿਸਾਬ ਨਾਲ ਇਦਾਂ ਚੱਲਦਾ। ਇੱਥੇ ਵਾਟਰਮੈਲਨ ਇਹਦਾ ਕਟਿੰਗ 'ਚ ਮਿਲਦੇ ਆ, ਕਟ ਕਰਕੇ। ਚਲੋ ਜੀ, ਆ ਵੀ ਹੋ ਗਿਆ, ਇਹ ਪੂਰੀ ਟਰੋਲੀ ਅੱਜ ਆਪਾਂ ਭਰਨੀ ਆ। ਸੋ ਵਲੋਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਅੱਜ ਪੂਰਾ ਤੁਹਾਨੂੰ ਰਾਸ਼ਨ ਪਾਣੀ ਦਿਖਾਵਾਂਗੇ ਕਿ 1 ਹਫ਼ਤੇ ਰਾਸ਼ਨ ਪਾਣੀ ਅਸੀਂ ਕੀ ਬਾਏ ਕੀਤਾ ਵਾ ਅਤੇ ਕੀ ਕੀ ਪ੍ਰਾਈਜ਼ ਦਾ ਵਾ। ਚਲੋ ਜੀ।
ਇੱਕ ਆਪਾਂ ਲਫਾਫਾ ਲੈ ਲਿਆ ਵਾ ਵੈਸੇ ਲੋੜ ਤਾਂ ਨਹੀਂ ਹੈ ਕਵਰ ਹੀ ਆ ਚਲੋ ਫਿਰ ਵੀ ਪਾ ਲੈਂਦੇ ਹਾਂ ਨਹੀਂ ਨਹੀਂ ਲੋੜ ਹੈ ਲੋੜ ਹੀ ਨਹੀਂ ਆ ਚਲੋ ਤੇ ਹੁਣ ਆਪਾਂ ਦੋ ਬੈਰੀਜ਼ ਲਈਆਂ ਨੇ ਇੱਕ ਲਈ ਆ ਬਲੂਬੈਰੀ ਤੇ ਬਾਕਸ $3 ਦਾ ਵਾ ਤੇ ਸਟ੍ਰਾਬੇਰੀ ਵੀ $3 ਦਾ ਵਾ ਇੰਡੀਆ ਦੇ ਆਲਮੋਸਟ 170 ਰੁਪੀਸ ਦਾ ਚਲੋ ਹੁਣ ਆਪਾਂ ਆਏ ਆ ਮਸ਼ਰੂਮਸ ਵੀਰੇ ਨੂੰ ਵੀ ਮਸ਼ਰੂਮ ਬਹੁਤ ਸਵਾਦ ਲੱਗਦੇ ਆ ਤੇ ਮੈਨੂੰ ਵੀ ਬਹੁਤ ਇੱਥੇ ਮਸ਼ਰੂਮ ਕਾਫੀ ਤਰ੍ਹਾਂ ਦੇ ਮਿਲਦੇ ਆ ਮਸ਼ਰੂਮ ਪਾਉਣੇ ਤੇ ਜਾਂ ਮਟਰ ਮਸ਼ਰੂਮ ਕੋਈ ਵੀ ਕਈ ਵਾਰ ਤੁਹਾਨੂੰ ਮੈਂ ਕਹਾਂ ਤਾਂ ਸਾਈਡ ਤੇ ਥੋੜਾ ਜਿਹਾ ਸੌਟੇ ਕਰਕੇ ਮਸ਼ਰੂਮ ਉਹ ਬੜੇ ਬਣੀ ਬਹੁਤ ਜ਼ਬਰਦਸਤ ਲੱਗਦੇ ਤੇ ਇੱਥੇ ਮਸ਼ਰੂਮਸ ਦੀਆਂ ਵੈਰਾਈਟੀਆਂ ਵੀ ਕਾਫੀ ਜ਼ਿਆਦਾ ਨੇ ਮਸ਼ਰੂਮ ਦੀ ਆ ਤੁਸੀਂ ਦੇਖ ਸਕਦੇ ਹੋ ਇੰਡੀਆ ਦੇ ਵਿੱਚ ਮੋਸਟਲੀ ਐਦਾਂ ਦੇ ਮਸ਼ਰੂਮ ਮਿਲਦੇ ਆ ਪਰ ਇੱਥੇ ਆ ਦੇਖਿਓ ਆ ਕਿੰਨੇ ਬਿਗ ਮਸ਼ਰੂਮਸ ਨੇ ਆ ਦੇਖਿਓ ਆ ਮਸ਼ਰੂਮ ਦੇਖੋ ਕਿੰਨੇ ਵੱਡੇ ਨੇ ਮਸ਼ਰੂਮ ਇੱਥੇ ਆਸਟ੍ਰੇਲੀਆ ਦੇ ਵਿੱਚ ਮਸ਼ਰੂਮਸ ਦੀਆਂ ਵੀ ਕਾਫੀ ਵੈਰਾਈਟੀਆਂ ਨੇ ਇਹ $7 ਦਾ ਵਾ ਆ ਦੇਖੋ ਤੇ ਇਧਰ ਕੁਇਕ ਸੇਲ ਤੇ ਵੀ ਕੋਈ ਲੱਗੇ ਜਿਹੜੇ ਕਿ ਛੇਤੀ ਬਣਾ ਲਓ ਕਿਉਂਕਿ ਬਾਅਦ ਵਿੱਚ ਖਰਾਬ ਹੋ ਜਾਂਦੇ ਆ ਦੇਖੋ ਤੇ ਕਟੇ ਕਟਾਈ ਮਸ਼ਰੂਮ ਆ ਦੇਖੋ ਚੌਪਡ ਵੀ ਮਿਲ ਜਾਂਦੇ ਨੇ ਸੋ ਸਾਰਿਆਂ ਦੇ ਪ੍ਰਾਈਸ ਅਲੱਗ ਆ ਆ ਦੇਖੋ ਕੁਛ $4 ਦੇ ਨੇ ਹਾਂ $3 $7 $5 ਆ 6.90 ਆ ਦੇਖੋ ਕਿੰਨੇ ਤਰ੍ਹਾਂ ਦਾ ਆ ਦੇਖਿਓ ਦੇਖੋ ਕਾਫੀ ਤਰ੍ਹਾਂ ਦੇ ਇੱਥੇ ਮਸ਼ਰੂਮ ਮਿਲਦੇ ਨੇ ਆ ਉੱਪਰ ਵੀ ਆ ਦੇਖੋ ਡਰਾਈਡ ਮਿਕਸ ਫੋਰੈਸਟ ਆ ਦੇਖੋ ਕਿੰਨੀ ਮਸ਼ਰੂਮ ਹੈ ਇਹ $5 ਦੇ ਨੇ ਸੋ ਮਸ਼ਰੂਮ ਦੇ ਵਿੱਚ ਵੀ ਇੱਥੇ ਕਾਫੀ ਵੈਰਾਈਟੀ ਜਿਨ੍ਹਾਂ ਨੂੰ ਮਸ਼ਰੂਮ ਖਾਣੇ ਪਸੰਦ ਆ ਸੋ ਉਹ ਆਸਟ੍ਰੇਲੀਆ ਦੇ ਖਾ ਸਕਦੇ ਇਹ ਆਪਣਾ ਇੰਡੀਆ ਦਾ ਈਜ਼ੀ ਡੇ ਇਜ਼ ਹਾਂ ਇਹ ਇੰਡੀਆ ਦਾ ਈਜ਼ੀ ਡੇ ਲਾ ਲਓ ਜਾਂ ਡੀ ਮਾਰਟ ਲਾ ਲਓ ਹਾਂ ਤੇ ਹੁਣ ਆਪਾਂ ਮਸ਼ਰੂਮ ਕਿਹੜੇ ਲੈਣੇ ਆ ਮਸ਼ਰੂਮ ਇਦਾਂ ਦਾ ਇੱਕ ਬੈਚ ਹੀ ਪਾ ਲੈਣੇ ਪਰ ਆਪਾਂ ਇੱਕ ਹੀ ਪਾ ਲੈਣੇ ਚਲੋ ਜੀ ਇਦਾਂ ਕਰਦੇ ਆ ਆਪਾਂ ਨੂੰ ਕਿੰਨੇ ਕਿਲੋ ਲੋਡ ਹੋਊਗੀ ਆਪਾਂ ਇਦਾਂ ਕਿ ਖਰਾਬ ਨਾ ਹੋ ਜਾਣ ਲਾਸਟ ਟਾਈਮ ਆਪਾਂ ਮਸੀ ਮੰਗਾਏ ਇੱਕ ਹਫਤੇ ਦੇ ਵਿੱਚ ਵੀ ਜਿਹੜੇ ਖਤਮ ਹੋ ਜਾਣ ਹਾਂ ਕਈ ਵਾਰੀ ਖਾ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਗਾਇਸ ਕਈ ਵਾਰੀ 7 ਦਿਨਾਂ ਦੇ ਵਿੱਚ ਮਤਲਬ ਵੀਕ ਦੀ ਗਰੋਸਰੀ ਵਿੱਚ ਕਈ ਵਾਰੀ ਆਪਾਂ 2-3 ਦਿਨ ਬਾਹਰ ਹੀ ਖਾਂਦੇ ਆ ਫਿਰ ਉਸ ਹਿਸਾਬ ਨਾਲ ਸਮਾਨ ਲਓ ਜਿਹੜਾ ਖਰਾਬ ਨਾ ਖਰਾਬ ਨਾ ਹੋਵੇ ਤੇ ਹੁਣ ਆਪਾਂ ਇਹਨੂੰ ਵੇਟ ਕਰਾਂਗੇ ਇੱਧਰ ਨਹੀਂ ਵੇਟ ਬੂਟ ਸਭ ਸਿੱਧਾ ਹੀ ਉੱਥੇ ਅੱਛਾ ਸਭ ਸਿੱਧਾ ਹੀ ਹਾਂ ਸਿੱਧਾ ਹੀ ਤੇ ਵੇਟ ਕਰਨ ਦੀ ਲੋੜ ਨਹੀਂ 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 ਲੋੜ ਓਕੇ ਫਾਇਸ਼ ਦੇਖਣਾ ਆ ਤੇ ਉਦਾਂ ਆ ਵੇਟ ਕਰ ਲਈ ਇਹਨਾਂ ਨੇ ਸਪੈਸ਼ਲ ਬਣਾਇਆ ਓਕੇ ਓਕੇ ਤੁਸੀਂ ਵੇਟ ਵੀ ਕਰ ਸਕਦੇ ਹੋ ਬਟ ਉਦਾਂ ਵੀ ਸਿੱਧਾ ਡਾਇਰੈਕਟ ਬਿੱਲ ਹੋ ਸਕਦਾ ਵਾ ਆ ਸਾਰੀਆਂ ਚੀਜ਼ਾਂ ਔਰਗੈਨਿਕ ਨੇ ਆ ਦੇਖੋ ਸਰਟੀਫਾਈਡ ਔਰਗੈਨਿਕ ਇਹ ਬਨਾਨਾਜ਼ ਵੀ ਔਰਗੈਨਿਕ ਨੇ ਆਵਕਾਡੋ ਜਿਮ ਫਰੀਕਸ ਲਈ ਟੋਮੈਟੋਸ ਇਹ ਆ ਗਏ ਦੂਸਰੇ ਸਵੀਟ ਪੋਟੈਟੋਸ ਆ ਨੋਰਮਲ ਪੋਟੈਟੋਸ ਅਨੀਅਨ ਇਹ ਸਾਰੇ ਔਰਗੈਨਿਕ ਨੇ ਟੋਮੈਟੋ ਵੀ ਆ ਦੇਖੋ ਛੋਟੇ ਬੇਬੀ ਟੋਮੈਟੋ ਵੀ ਕਹਿ ਸਕਦੇ ਇਹਨਾਂ ਨੂੰ ਇੱਥੋਂ ਕੋਰੀਐਂਡਰ ਵਗੈਰਾ ਵੀ ਮਿਲ ਜਾਂਦਾ ਦੇਖੋ ਧਨੀਆ ਵਗੈਰਾ ਸਭ ਕੁਛ ਇੱਥੇ ਮਿਲਦਾ ਵਾ ਆ ਦੇਖੋ ਆ ਦੇਖੋ ਆ ਸਹੀ ਆ ਸਾਈਜ਼ ਛੋਟੇ ਛੋਟੇ ਪਾ ਲਓ ਪੀਅਰ ਦਾ ਪ੍ਰਾਈਸ ਹੈਗਾ ਵਾ $3.5 ਪਰ ਕੇ ਜੀ ਪਰ ਕੇ ਜੀ $3.5 ਆ ਠੀਕ ਹੈ ਲਾਉਣ ਦਾ ਤਾਂ ਲੋੜ ਨਹੀਂ ਕੋਈ ਚੱਕਰ ਨਹੀਂ ਪੀਚਿਸ ਯੈਲੋ ਪੀਚਿਸ ਵਾਈਟ ਨੈਕਟਰ ਯੈਲੋ ਨੈਕਟਰ ਚਾਰ ਤਰ੍ਹਾਂ ਦੇ ਓਕੇ ਬਟ ਆਪਾਂ ਬਾਈ ਕਰਾਂਗੇ ਇਹ ਵਾਲੇ ਇਹ ਵਧੀਆ ਹੁੰਦੇ ਆ ਓਕੇ ਤੇ ਇਹਨਾਂ ਦਾ ਪ੍ਰਾਈਸ ਹੈਗਾ ਵਾ $4.80 ਪਰ ਕੇ ਜੀ ਹੈਗੇ ਆ 3-4 ਪੀਸ ਹੈਗੇ ਆ ਨੋ ਪ੍ਰੋਬਲਮ ਹੁਣ ਅਸੀਂ ਚੱਲੇ ਹਾਂ ਜੀ ਉੱਧਰ ਬਨਾਨਾਸ ਵਾਲੀ ਸਾਈਡ ਇੱਥੇ ਬਨਾਨਾਸ ਵੀ ਕਾਫੀ ਤਰ੍ਹਾਂ ਦੇ ਮਿਲਦੇ ਆ ਤੁਸੀਂ ਦੇਖ ਸਕਦੇ ਆ ਵੇਖੋ ਇਹ ਲੇਡੀ ਫਿੰਗਰ ਬਨਾਨਾ ਤੇ ਆਪਾਂ ਚੱਲਨੇ ਉੱਧਰ ਲੇਡੀ ਫਿੰਗਰ ਉਹ ਨਾਰਮਲ ਬਨਾਨਾ ਓਕੇ ਇੱਥੇ ਬਨਾਨਾਸ ਵੀ ਕੇਜੀ ਹਿਸਾਬ ਨਾਲ ਮਿਲਦੇ ਆ ਪਰ ਆ 6 ਬਨਾਨਾਸ ਇੱਥੇ ਹੈਗੇ ਆ $3.90 ਦੇ ਉੱਥੇ ਲਿਖਿਆ ਹੋਇਆ ਵਾ ਇਹ 750 ਗ੍ਰਾਮ ਆ ਜੇ ਤੁਸੀਂ ਕੇਜੀ ਲੈਣੇ ਆ 750 ਕਰਤੇ ਇਹਨਾਂ ਨੇ ਦੇਖੋ ਹਾਂ ਦੇਖ ਲਓ ਜੇ ਤੁਸੀਂ ਕੇਜੀ ਲੈਣੇ ਆ ਤਾਂ ਉਹ ਥੱਲੇ ਪ੍ਰਾਈਸ ਲਿਖਿਆ ਹੁੰਦਾ ਦੇਖੋ ਅਪ ਡਾਊਨ ਬਹੁਤ ਹੁੰਦੇ ਪ੍ਰਾਈਸ ਕੱਲ ਨੂੰ ਤੁਸੀਂ ਆਉਂਗੇ ਕੱਲ ਤੁਹਾਨੂੰ 2.5 ਵੀ ਹੋ ਸਕਦੇ ਓਕੇ ਹੁਣ ਵਾਰੀ ਹੈ ਜੀ ਨਟਸ ਬਾਈ ਕਰਨ ਦੀ ਇੱਧਰ ਸਾਰੇ ਨਟਸ ਲੱਗੇ ਆ ਸਾਰੇ ਪ੍ਰਾਈਸ ਵਗੈਰ ਲੱਗੇ ਹੋਏ ਆ ਇੱਕ ਨਟ ਵੀ ਇਧਰੋਂ ਲੈ ਸਕਦੇ ਆ ਚੈੱਕ ਕਰੋ ਸਾਰੇ ਪੈਕ ਨਟ ਤੁਸੀਂ ਲੈ ਸਕਦੇ ਆ ਡਿਫਰੈਂਟ ਡਿਫਰੈਂਟ ਟਾਈਪ ਦੇ ਨਟਸ ਬਟ ਮੈਂ ਖੁੱਲੇ ਲੈਣਾ ਖੁੱਲੇ ਇਦਾਂ ਕਿ ਮਰਜ਼ੀ ਨਾਲ ਜਿੰਨੇ ਚਾਹੀਦੇ ਹਾਂ ਹਾਂ ਤੇ ਇੱਥੇ ਪ੍ਰਾਈਸ ਲੱਗੇ ਹੋਏ ਆ ਕੇਜੀ ਹਿਸਾਬ ਨਾਲ $4 ਪਰ ਕੇਜੀ ਹਿਸਾਬ ਨਾਲ ਸਾਰੇ ਪ੍ਰਾਈਸ ਲੱਗੇ ਹੋਏ ਆ ਆਪਾਂ ਜਿਹੜਾ ਵਾਲਨਟ ਸ਼ਕੀਨ ਹੈ ਦਿਮਾਗ ਕਹਿੰਦੇ ਬਹੁਤ ਤੇਜ਼ ਹੁੰਦਾ ਇਹ ਵੀਰ ਵੀਰੇ ਨੇ ਮੈਨੂੰ ਦੱਸਿਆ ਕਿ ਇਹ ਜਿਹੜਾ 1.5 ਮਿਲੀਅਨ ਤੱਕ ਸਬਸਕ੍ਰਾਈਬਰ ਜਿੱਤੇ ਆ ਇਹ ਖਾ ਕੇ ਕੀਤੇ ਬਾਦਾਮ ਖਾਇਆ ਕਰੋ ਗਾਇਸ ਨਾਲ ਵਾਲਨਟ ਤੇ ਬਾਦਾਮ ਮੈਨੂੰ ਜ਼ਿਆਦਾ ਵਧੀਆ ਲੱਗਦਾ ਵਾ ਪਿਸਤਾ ਐਂਡ ਕਾਜੂ ਓਕੇ ਤੇ ਇੱਧਰ ਸਾਰੇ ਰੋਸਟਡ ਵੀ ਹੈਗੇ ਆ ਅਸੀਂ ਦੇਖ ਸਕਦੇ ਹੋ ਆ ਦੇਖੋ ਇੱਧਰ ਤੁਹਾਨੂੰ ਚੋਕਲੇਟਾਂ ਵੀ ਮਿਲ ਜਾਣੀ ਖੁੱਲੀਆਂ ਆ ਸਾਰੀਆਂ ਸੋ ਸਾਰੇ ਪ੍ਰਾਈਜ਼ ਉੱਪਰ ਲੱਗੇ ਹੋਏ ਆ ਇੱਧਰ ਸਾਰੇ ਲੱਗੇ ਹੋਏ ਪੋਟੈਟੋ ਸਵੀਟ ਪੋਟੈਟੋ ਇਹ ਵਾਈਟ ਪੋਟੈਟੋ ਆ ਰੈੱਡ ਆ ਤੇ ਫਿਰ ਆ ਥੋੜ੍ਹੇ ਇਹ ਮਿੱਟੀ ਵਾਲੇ ਆਲੂ ਮਿੱਟੀ ਲੱਗੀ ਹੋਈ ਆ ਸੋ ਆਪਾਂ ਮਿਕਸ ਆ ਦੇਖੋ ਤੇ ਪ੍ਰਾਈਜ਼ ਹੈਗਾ ਪੋਟੈਟੋ ਦਾ $3.50 ਤੇ ਸਾਰਿਆਂ ਦੇ ਅਲੱਗ ਅਲੱਗ ਪ੍ਰਾਈਜ਼ ਆ ਉਦਾਂ ਹੀ ਆਪਣੀ ਇੰਡੀਅਨ ਸਟੋਰ ਤੋਂ ਵੀ ਥੋੜਾ ਸਮਾਨ ਲਈਦਾ ਓਕੇ ਚਲੋ ਹੁਣ ਟਾਈਮ ਹੈ ਨਹੀਂ ਜਾਣ ਦਾ ਇਸ ਕਰਕੇ ਆਪਾਂ ਤਾਂ ਕਰਕੇ ਸੀਲੀਏ ਦੇ ਵਿੱਚ ਜਿੰਜਰ ਬਹੁਤ ਜ਼ਿਆਦਾ ਮਹਿੰਗਾ ਵਾ
ਅਸੀਂ ਦੇਖ ਸਕਦੇ ਹੋ $35 ਪਰ ਕੇਜੀ ਤੇ ਗਾਰਲਿਕ $29 ਉਦਾਂ ਆ ਢਾਈਆਂ ਦਾ ਆ ਦੇਖੋ ਆ ਛੋਟੇ ਛੋਟੇ ਪੈਕਟ ਹੈਗੇ ਆ ਆ $2.5 ਦਾ ਵਾ ਬਟ ਇਹ ਚੀਜ਼ਾਂ ਆਪਾਂ ਇੰਡੀਅਨ ਸਟੋਰ ਤੋਂ ਲੈਣੇ ਕਿਉਂਕਿ $2.5 ਦਾ ਉੱਥੇ ਇੰਨਾ ਆ ਜਾਂਦਾ ਗਾਰਲਿਕ ਤੇ ਜਿੰਜਰ ਉੱਥੋਂ ਲੈ ਲਈਦਾ ਇੰਡੀਅਨ ਸਟੋਰ ਤੋਂ ਉੱਥੋਂ ਆਪਾਂ ਨੂੰ $8 to $10 ਦਾ ਕਿਲੋ ਮਿਲ ਜਾਂਦਾ ਓਕੇ ਤੇ ਕਿਲੋ ਦਾ ਕੀ ਲੈਣਾ ਹੁੰਦਾ ਹਰ ਇੱਕ ਨੇ ਇੰਨਾ ਕੁ ਨਾਲ ਹਾਂ 250 ਗ੍ਰਾਮ 250 ਗ੍ਰਾਮ ਹੀ ਤੇ ਉਹ ਫਿਰ ਉਹਨਾਂ ਲੈਈਦਾ ਬਟ ਥੋੜਾ ਜਿਹਾ ਲੈਣਾ ਆਪਾਂ ਇੱਥੋਂ ਲੈ ਲੈਣੇ ਕਿਉਂਕਿ ਆਪਾਂ ਨੂੰ ਜਾ ਨਹੀਂ ਹੋਣਾ ਚਲੋ ਇੰਨਾ ਕੁ ਚੱਕ ਲੈਣੇ ਤੇ ਇੱਧਰ ਆ ਗਈ ਜੀ ਅਨੀਅਨ ਅਨੀਅਨ ਵੀ ਕਾਫੀ ਤਰ੍ਹਾਂ ਦੇ ਹੁੰਦੇ ਇੱਥੇ ਇਹ ਰੈੱਡ ਅਨੀਅਨ ਆ ਇਹ ਵਾਈਟ ਅਨੀਅਨ ਆ ਅਨੀਅਨ ਤਾਂ ਹੈਗੇ ਆਪਣੇ ਕੋਲ ਕਿ ਲੈਣੇ ਆ ਅਨੀਅਨ ਇੱਦਾਂ ਕਰਦੇ ਆ ਆ 1.5 ਕਿਲੋ ਇੱਕ ਬੈਗ ਚੱਕ ਲੈਣੇ ਇਹ ਵੀ ਚੀਜ਼ਾਂ ਆਪਾਂ ਇੰਡੀਅਨ ਸਟੋਰ ਤੋਂ ਲੈਣੇ ਕੁਝ ਕੁ ਚੀਜ਼ਾਂ ਓਕੇ ਜੇ ਆਪਾਂ ਬੈਗ ਇੱਥੇ ਦੇਖੋ ਅਨੀਅਨ ਕਿਲੋ $4 ਦੇ ਹੋਏ ਆ ਕਿਲੋ $2 ਦੇ ਵੀ ਹੋ ਜਾਂਦੇ ਉੱਥੋਂ ਆਪਾਂ 10 ਕਿਲੋ ਦਾ ਬੈਗ $15 ਦਾ ਲੈ ਲੈਣੇ ਆ ਓਕੇ ਸੋ ਕੁਝ ਆਈਟਮਸ ਆਪਾਂ ਇੰਡੀਅਨ ਸ਼ੋਪ ਤੋਂ ਵੀ ਲੈ ਸਕਦੇ ਆ ਪਰ ਫਿਲਹਾਲ ਟਾਈਮ ਨਹੀਂ ਉੱਥੇ ਥੋੜਾ ਚੀਪ ਪੈਂਦਾ ਵਾ ਇਸ ਸਟੋਰ ਨਾਲੋਂ ਆਲੂ ਗਾਜਰ ਮਟਰਾਂ ਦੀ ਸਬਜ਼ੀ ਖਾਣੀ ਚਾਹੁੰਦੇ ਵੈਸੇ ਮੈਂ ਖਾਣਾ ਤਾਂ ਨਹੀਂ ਆਲੂ ਗਾਜਰ ਪਰ ਖਾ ਲਾਂਗੇ ਨਹੀਂ ਨਹੀਂ ਫਿਰ ਹੋਰ ਸਬਜ਼ੀ ਬੈਂਗਣ ਜ਼ੁਕੀਨੀ ਸ਼ਿਮਲਾ ਮਿਰਚਾਂ ਤੇ ਆਪਾਂ ਆ ਖਾਵਾਂਗੇ ਜ਼ੁਕੀਨੀ ਦੀ ਸਬਜ਼ੀ ਉਹ ਵੀ ਆਸਟ੍ਰੇਲੀਆ 'ਚ ਮੇਰੇ ਕੇ ਸਵਾਦ ਲੱਗਦੀ ਮੇਰੀ ਮੰਮੀ ਨੇ ਆਵਲ ਉਹੀ ਕਹਿਣਾ ਇੱਥੇ ਤਾਂ ਕੋਈ ਖਾਣਾ ਨਹੀਂ ਸਬਜ਼ੀ ਕੋਈ ਘਰੇ ਕੋਈ ਸਬਜ਼ੀ ਨਹੀਂ ਨਾ ਇੱਦਾਂ ਦੀਆਂ ਲਾ ਲਓ ਕਿ ਨਾ ਗਾਜਰਾਂ ਨਾ ਪੇਠਾ ਨਾ ਕੀਆ ਨਾ ਕੁਛ ਉੱਥੇ ਜਾ ਕੇ ਕਿੱਦਾਂ ਖਾਂਦੇ ਆ ਅੱਜ ਪੇਠਾ ਬਣਿਆ ਘਰੇ ਮੈਂ ਬਣਾਇਆ ਸੀ ਪੇਠਾ ਅੱਜ ਪੇਠਾ ਖਾਣਾ ਪੈਣਾ ਮੰਮੀ ਵੇਖ ਲਓ ਮੰਮੀ ਹੁਣ ਘਰੋਂ ਬਾਹਰ ਆ ਕੇ ਤੇ ਚਲੋ ਨਖਰੇ ਕੀ ਕਰਨੇ ਆ ਘਰ ਤਾਂ ਬੰਦਾ ਨਖਰੇ ਕਰ ਸਕਦਾ ਜੇ ਵਲੋਗ ਵਧੀਆ ਲੱਗੇ ਤਾਂ ਕਮੈਂਟ ਕਰਿਓ ਆਪਾਂ ਨੈਕਸਟ ਵੀਕ ਤੁਹਾਨੂੰ ਇੰਡੀਅਨ ਸ਼ੋਪ ਤੇ ਲੈ ਕੇ ਜਾਵਾਂਗੇ ਜਿੱਥੇ ਥੋੜਾ ਚੀਪ ਸਮਾਨ ਮਿਲਦਾ ਵਾ ਇਸ ਮਾਰਕੀਟ ਨਾਲੋਂ ਤੇ ਇੱਧਰ ਸਾਨੀ ਸ਼ਿਮਲਾ ਮਿਰਚਾਂ ਨੇ ਯੈਲੋ ਰੈੱਡ ਗ੍ਰੀਨ ਮੇਨ ਗੱਲ ਇੰਡੀਅਨ ਸਬਜ਼ੀਆਂ ਵੀ ਇੰਡੀਅਨ ਸਬਜ਼ੀਆਂ ਚਲੋ ਜੀ ਆ ਡਨ ਹੋ ਗਿਆ ਹੁਣ ਚੱਲੀਏ ਆਪਾਂ ਅਗਲੀ ਸਾਈਡ ਇੱਧਰ ਸਾਰੇ ਆਵਾਕਾਡੋ ਲੱਗੇ ਹੋਏ ਨੇ ਆ ਦੇਖੋ ਓਕੇ ਆਵਾਕਾਡੋ ਹਾਰਡ ਆ ਜਦੋਂ ਹਾਰਡ ਹੁੰਦੇ ਉਹ ਖਰਾ ਉਹ ਨਹੀਂ ਫਾਇਦਾ ਫਿਰ ਆਉਂਦਾ ਆ ਸੌਫਟ ਦਾ ਕੱਟਣਾ ਕਿੱਦਾਂ ਆਪਾਂ ਸਹੀ ਗੱਲ ਬਹੁਤ ਜ਼ਿਆਦਾ ਹਾਰਡ ਜਦੋਂ ਕੱਲ ਲੱਗੂਗੇ ਥੱਲੇ ਚੱਕਦੇ ਹੋ ਕਿ ਥੱਲੇ ਹੀ ਸਟੋਰ ਆ ਕੋਈ ਚੱਕਰ ਨਹੀਂ ਆ ਆ ਸਟੋਰ 'ਚ ਤਾਂ ਆਪਾਂ ਜਦੋਂ ਮਰਜ਼ੀ ਆ ਸਕਦੇ ਸਾਡੇ ਘਰ ਦੇ ਥੱਲੇ ਸਟੋਰ ਆ 2 ਮਿੰਟ ਦੀ ਵੋਕ ਆ ਬਸ ਤੇ ਇੱਧਰ ਸਾਰੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਤੇ ਆ ਪੈਕਾਂ ਦੇ ਵਿੱਚ ਸਾਰਾ ਸਮਾਨ ਆਉਂਦਾ ਜੇ ਕੋਈ ਕੀ ਯੂਜ਼ ਕਰਨਾ ਆ ਸੈਲਡ ਲਈ ਸੈਲਡ ਵਗੈਰਾ ਸਭ ਕੁਝ ਆ ਦੇਖੋ ਸੈਲਡ ਬੈਗ ਹੈਗਾ ਵੈਸੇ ਸਾਡਾ ਵਲੌਗ ਆਲਰੇਡੀ 12 ਮਿੰਟ 15 ਮਿੰਟ ਤਾਂ ਹੋ ਚੁੱਕਿਆ ਪਰ ਹਜੇ ਆਪਣਾ ਅੱਧਾ ਵੀ ਨਹੀਂ ਹੋਇਆ ਹਾਂ ਬਸ ਇੱਧਰ ਸਾਰੇ ਸੈਲਡ ਬੈਗ ਲੱਗੇ ਹੋਏ ਆ ਆਲਰੇਡੀ ਚੌਪਡ ਵੈਜੀਟੇਬਲਸ ਨੇ ਹੁਣ ਵਾਰੀ ਹੈ ਜੀ ਐਕਸ ਦੀ ਇੱਥੇ ਐਕਸ ਦੇ ਵਿੱਚ ਦੇਖੋ ਯਾਰ ਕਿੰਨੀ ਵੈਰਾਈਟੀ ਆ ਸਾਰਾ ਏਰੀਆ ਹੀ ਐਕਸ ਦਾ ਵਾ ਜਿਹੜੇ ਆਂਡੇ ਆਪਾਂ ਲੈਣੇ ਆ ਉਹ ਸਾਰੇ ਖਤਮ ਹੋ ਚੁੱਕੇ ਨੇ ਆਈ ਥਿੰਕ ਇੱਕ ਹੈਗਾ ਵਾ ਇਹ ਅੱਜ ਟੁੱਟਾ ਨਾ ਹੋਵੇ ਟੁੱਟਾ ਆ ਇੱਕ ਆਂਡਾ ਉਹਦੇ ਵਿੱਚ ਕ੍ਰੈਕ ਬਟ ਉਹ ਗੱਲ ਨਹੀਂ ਬਣਨੀ ਹੁਣ ਚਲੋ ਜੀ ਨਹੀਂ ਆ ਛੋਟੇ ਇਦਾਂ ਕਰਦੇ ਆਪਾਂ 4 ਦਾ ਟਾਈਮ ਇੱਕ ਲੈ ਜਾਂਦੇ ਇਹਨੂੰ ਬਟ ਆਪਾਂ ਨੂੰ ਆਉਣਾ ਪੈਣਾ ਆਂਡੇ ਲੈਣ ਕੋਈ ਨਹੀਂ ਸਵੇਰੇ ਆ ਜਾਾਂਗੇ ਹਾਂ ਸਵੇਰੇ ਆਉਣਾ ਪੈਣਾ ਆ ਦੇਖਿਓ ਐਕਸ ਦੇ ਵਿੱਚ ਵੀ ਕਿੰਨੀ ਜ਼ਿਆਦਾ ਵੈਰਾਈਟੀ ਆ ਮਤਲਬ ਕਿ ਅਲੱਗ ਅਲੱਗ ਕੰਪਨੀ ਦਾ ਪੈਕ ਹੋਇਆ 6 ਆਂਡੇ $3.5 ਦੇ ਇੱਥੇ ਕਿਹੜੇ ਕਿਹੜੇ ਮੀਟ ਮਿਲਦੇ ਆ ਅਸੀਂ ਦੇ ਸਕਦੇ ਹਾਂ ਆਪਾਂ ਲੈਗ ਹੈਮ ਤੇ ਇਹ ਹੈਮ ਇਦਾਂ ਹੈਮ ਐਕਚੁਅਲੀ ਨਹੀਂ ਕਰਨੇ ਹਾਂ ਸੈਂਡਵਿਚ ਨਹੀਂ ਮੈਂ ਨਹੀਂ ਖਾਣਾ ਮੈਨੂੰ ਪਸੰਦ ਨਹੀਂ ਹੈਮ ਭੇੜ ਹੁੰਦੀ ਆ ਨਹੀਂ ਹੈਮ ਭੇੜ ਨਹੀਂ ਹੈਮ ਸੂਰ ਸੂਰ ਅੱਛਾ ਇਹ ਜਿਹੜੀ ਲੈਗ ਆ ਇਹ ਹੈਗੀ ਆ ਹੈਮ ਲੈਗ ਸੂਰ ਦੀ ਲੱਤ ਆ ਦੇਖ ਲਓ ਇੱਥੇ ਮੀਟ ਸਸਤਾ ਵਾ ਵੈਜੀਟੇਬਲਸ ਨਾਲੋਂ ਬਹੁਤ ਜ਼ਿਆਦਾ ਹੈ ਨਾ ਕਿਉਂਕਿ ਆ ਦੇਖ ਸਕਦੇ ਹੋ ਲੈਗ ਹੈਮ ਉਹ ਹੈਗੀ ਆ $12 ਪਰ ਕੇਜੀ ਇਹ ਸਾਰਾ ਸੈਕਸ਼ਨ ਹੈਗਾ ਚਿਕਨ ਦਾ ਇੰਡੀਆ ਦੇ ਵਿੱਚ ਸਭ ਤੋਂ ਮਹਿੰਗੀਆਂ ਆਹਾਂ ਡ੍ਰਮਸਟਿਕਸ ਹਾਂ ਲੈਗ ਪੀਸ ਜਾਂਦੇ ਆ ਨਾ ਉਹ ਕਈ ਵਾਰੀ ਮਹਿੰਗੇ ਦਿੰਦੇ ਆ ਜਦੋਂ ਮਿਕਸ ਲੈਨੇ ਆ ਤੇ ਉਹ ਕਹਿ ਦਿੰਦੇ ਆ 200 ਗੱਲ ਕਿ ਹਾਂ ਕਿਉਂਕਿ ਜਦੋਂ ਮੈਂ 10 ਸਾਲ ਪੁਰਾਣੀ ਗੱਲ ਕਰਦਾ ਉਹ 130 40 ਨੂੰ ਹੁੰਦਾ ਸੀ ਹਾਂ ਹੁਣ ਤਾਂ 200 ਪਲੱਸ ਆ ਕੱਲੀਆਂ ਲੈਗਸ ਲੈਨੇ ਆ ਤੇ ਉਹ ਮਹਿੰਗੀਆਂ ਪੈਂਦੀਆਂ ਇੰਡੀਆ ਹਾਂ ਇੱਥੇ ਬਾਹਲੀਆਂ ਹੀ ਚੀਪ ਆ ਇੱਥੇ ਕਿੰਨੇ ਦੀਆਂ ਵਾ ਆ ਦੇਖੋ 1.5 ਕਿਲੋ ਪਲੱਸ ਤੇ $7 ਦੀਆਂ ਕੁਝ ਵੀ ਨਹੀਂ ਓਕੇ ਸੋ ਆ ਸਾਰੇ ਜਿਹੜੇ ਲੈਗ ਪੀਸ ਆ ਡ੍ਰਮਸਟਿਕਸ ਇਹ $7.5 ਦੀਆਂ ਨੇ ਇਹ ਟੋਟਲ ਹੈਗੀਆਂ ਨੇ ਆਈ ਥਿੰਕ ਇਹ ਪੀਸ 10 ਤੋਂ 11 ਪੀਸ ਆ ਟੋਟਲ ਇੱਧਰ ਹੈਗੇ ਸਾਰੇ ਵਿੰਗਸ ਚਿਕਨ ਵਿੰਗਸ ਇਹ ਹੈਗੇ ਆ $10 ਦੇ 1.25 ਕਿਲੋ ਚਿਕਨ ਕਾਫੀ ਸਸਤਾ ਵਾ ਵੈਜੀਟੇਬਲਸ ਦੇ ਜੇ ਕੰਪੈਰੀਜ਼ਨ ਕਰੀਏ ਇਹ ਹੈਗਾ ਜੀ ਹੋਲ ਚਿਕਨ $4.5 ਦਾ ਕਿਲੋ ਕਿਲੋ ਜ਼ਿਆਦਾ ਵੀ ਹੈ ਬਟ ਸਟਿਲ ਕੁਛ ਵੀ ਨਹੀਂ ਹੈ $4.5 ਕਿਲੋ ਸਸਤਾ ਵਾ ਵੈਜੀਟੇਬਲਸ ਨਾਲੋਂ ਜੇ ਵੈਜੀਟੇਬਲਸ ਨਹੀਂ ਦਿੱਤੀ 1 ਕਿਲੋ ਤਾਂ ਉਹ $10 to $12 ਦੀ ਪੈਂਦੀ ਹੈ ਹੁਣ ਚਿਕਨ $4.5 ਆਪਾਂ ਜਿਹੜਾ ਚਿਕਨ ਲੈਣਾ ਨਾ ਆਪਾਂ ਲੈਣਾ ਫ੍ਰੀ ਰੇਂਜ ਦੇਸੀ ਮੀਟ ਇਹ ਦੇਸੀ ਨਹੀਂ ਹੈਗਾ ਓਕੇ ਤੇ ਇਹਦਾ ਪ੍ਰਾਈਸ ਹੈਗਾ ਜੀ $21 ਨੋ ਐਡਡ ਹਾਰਮੋਨਸ ਵਿਦਆਊਟ ਐਂਟੀਬਾਇਓਟਿਕਸ ਓਕੇ ਆਪਾਂ ਇਹ ਚਿਕਨ ਖਾਂਦੇ
ਡਨ ਕਿਉਂਕਿ ਤੁਹਾਨੂੰ ਪਤਾ ਥੋੜਾ ਖਾ ਲਓ ਵਧੀਆ ਖਾ ਲਓ ਇੱਧਰ ਤਾਂ ਯਾਰ ਸਮੈਲ ਵੀ ਕਾਫੀ ਗੰਦੀ ਹੋਣ ਲੱਗ ਪਈ ਆ ਆ ਦੇਖ ਲਓ ਕੀ ਕੁਛ ਖਾਂਦੇ ਆ ਲੋਕੀ ਇੱਧਰ ਆ ਸਾਰਾ ਬੀਫ ਆ ਆ ਦੇਖਿਓ ਲੈਮ ਸਿਰਾਜੀ ਭੇਡ ਨੂੰ ਕਹਿੰਦੇ ਲੈਮ ਜੇ ਕਿਸੇ ਨੂੰ ਨਹੀਂ ਪਤਾ ਲੈਮ ਮੈਨੂੰ ਵੀ ਅੱਜ ਹੀ ਪਤਾ ਲੱਗਾ ਵਾ ਤੇ ਇਹ ਸਾਰਾ ਮੀਟ ਹੈਗਾ ਵਾ ਲੈਮ ਦਾ ਔਰਗੈਨਿਕ ਬੀਫ ਇਹ ਵੀ ਦੱਸੋ ਨਾ ਬੀਫ ਲਜ਼ਾਨੀਆ ਆ ਨਹੀਂ ਖਾਣਾ ਆਪਾਂ ਇਹ ਜਿਹੜੀ ਸੈਲਮਨ ਫਿਸ਼ ਆ ਇਹ ਪੂਰੇ ਵਰਲਡ ਦੇ ਵਿੱਚ ਬਹੁਤ ਖਾਧੀ ਜਾਂਦੀ ਆ ਅਤੇ ਇਹ ਮਿਲਦੀ ਹੈ ਜੀ ਇੱਥੇ $15 ਦੀ 460 ਗ੍ਰਾਮ ਅਤੇ ਹੋਰ ਵੀ ਸੀ ਫੂਡ ਹੈਗੇ ਆ ਇੱਥੇ ਆ ਪ੍ਰੋਨਸ ਹੈਗੇ ਨੇ ਆਹ ਦੇਖੋ ਇਹ $12.5 ਦੇ ਨੇ ਆਹ ਦੇਖੋ ਆਹ ਪ੍ਰੋਨਸ ਰੋ ਪੀਲਡ ਆ ਦੇਖੋ ਅਤੇ ਇੱਧਰ ਵੀ ਆਹ ਸੈਲਮਨ ਆ ਮੀਟ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਵਰਾਇਟੀ ਆ ਸਬਜ਼ੀਆਂ ਨਾਲੋਂ ਜ਼ਿਆਦਾ ਮੀਟ ਆ ਸੀ ਫੂਡ ਬੀਫ ਲੈਮ ਚਿਕਨ ਅਤੇ ਇੱਧਰ ਆ ਸਾਰਾ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਜਿਹੜਾ ਆਪਾਂ ਟੋਮ ਐਂਡ ਜੈਰੀ ਦੇ ਵਿੱਚ ਦੇਖਦੇ ਹੋ ਨਹੀਂ ਉਹ ਵਾਲਾ ਚੀਜ਼ ਏ ਇਹਦਾ ਨਾਮ ਕੀ ਆ ਇਹਦਾ ਨਾਮ ਕੀ ਆ ਸਵਿਜ਼ ਇਹ ਡਿਫਰੈਂਟ ਟਾਈਪ ਦਾ ਬਟ ਹਾਂ ਨਹੀਂ ਇਹ ਡਿਫਰੈਂਟ ਟਾਈਪ ਆ ਡਿਫਰੈਂਟ ਆ ਪਾਮੇਜ਼ਨ ਅਲੱਗ ਆ ਦੇਖੋ ਆਹ ਕਿੱਦਾਂ ਦਾ ਯਾਰ ਇੱਥੇ ਕਾਫੀ ਤਰ੍ਹਾਂ ਦਾ ਚੀਜ਼ ਮਿਲਦਾ ਵਾ ਤੇ ਸਾਰਿਆਂ ਦੇ ਪ੍ਰਾਈਸ ਅਲੱਗ ਅਲੱਗ ਆ ਤੇ ਨਾਲ ਹੀ ਆਂਦੇ ਕੋਈ ਚਿਕਨ ਵੀ ਮਿਲ ਜਾਂਦਾ ਹੁਣ ਇਹਨਾਂ ਨੇ 1 ਡੇ ਚਿਕਨ ਲਾਇਆ ਹੁੰਦਾ ਇਹ ਉਹਦਾ ਆ ਦੇਖ $11 ਦਾ ਇੱਕ ਆ ਹੋਲ ਚਿਕਨ ਇਹਨੂੰ ਗ੍ਰਿਲ ਕੀਤਾ ਹੋਇਆ ਬਟ ਜੇ ਹੁਣ ਇਹਦਾ ਵਿਕਿਆ ਨਹੀਂ ਇਹਨੇ $4 ਦਾ ਲਾਣਾ ਤੇ ਜੇ ਨਹੀਂ ਵਿਕਿਆ ਇਹਨਾਂ ਨੇ ਫ੍ਰੀ ਚੱਕ ਦੇਣਾ ਕਿ ਫ੍ਰੀ ਲੈ ਲਓ $1 ਦਾ ਓਕੇ $4 ਤੇ ਆਏ ਨਾ ਹੁਣ ਤਾਂ ਇਹ $4.5 ਤੇ ਲੱਗਾ ਹੋਇਆ ਚਲੋ ਜੀ $1 ਦੇ ਲੋਕਾਂ ਨੇ ਚੱਕ ਲੈਣਾ ਤੇ ਚੀਜ਼ ਫਰੈਸ਼ ਆ ਮਾੜੀ ਚੀਜ਼ ਨਹੀਂ ਮਾੜੀ ਨਹੀਂ ਮਤਲਬ ਕਿ ਸੇਮ ਡੇ ਮਤਲਬ ਕਿ ਇਹਨਾਂ ਨੇ ਨੈਕਸਟ ਡੇ ਨਹੀਂ ਪਾਉਣਾ ਬੈਂਚ ਨਹੀਂ ਸੁੱਟਣਾ ਵੇਸਟ ਨਹੀਂ ਕਰਨਾ ਤੇ ਇੱਧਰ ਸਾਰੇ ਹੈਗੇ ਆ ਜੂਸਿਸ ਇਹ ਸੈਕਸ਼ਨ ਹੈਗਾ ਸਾਰਾ ਜੂਸਿਸ ਦਾ ਮੇਨ ਸੈਕਸ਼ਨ ਦੁੱਧ ਦਾ ਮਿਲਕ ਹਾਂ ਮੇਨ ਗੱਲ ਮਿਲਕ ਦੀ ਜਿਹੜਾ ਲਾਸਟ ਵਲੌਗ ਬਣਾਇਆ ਨਾ ਮਿਲਕ ਇਨ ਆਸਟ੍ਰੇਲੀਆ ਜੇ ਤੁਸੀਂ ਡੀਟੇਲ ਦੇਖਣੀ ਆ ਤਾਂ ਵੀਰੇ ਦੇ ਚੈਨਲ ਤੇ ਜਾ ਸਕਦੇ ਹੋ ਗਗਨ ਆਸਟ੍ਰੇਲੀਆ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜੂਗਾ ਤੇ ਹੁਣ ਗੱਲ ਕਰਦੇ ਕਿ ਦੁੱਧ ਦਾ ਕੀ ਪ੍ਰਾਈਸ ਆ ਇੰਡੀਆ ਇੱਥੇ ਆਸਟ੍ਰੇਲੀਆ ਦੇ ਵਿੱਚ ਇੰਡੀਆ ਦੇ ਵਿੱਚ ਦੁੱਧ ਦਾ ਪ੍ਰਾਈਸ ਚੱਲ ਰਿਹਾ ਵਾ ਵਧੀਆ ਦੁੱਧ ਹੀ ਲੈਣਾ ਤੁਸੀਂ 70 ਰੁਪਏ ਪਰ ਲੀਟਰ ਇੰਡੀਆ ਨਾਲੋਂ ਇੱਥੇ ਥੋੜਾ ਮਹਿੰਗਾ ਥੋੜਾ ਜਿਹਾ ਮਹਿੰਗਾ ਹੋ ਗਿਆ ਆਫਟਰ ਕੋਰੋਨਾ ਕੋਰੋਨਾ ਤੋਂ ਪਹਿਲਾਂ 1 ਲੀਟਰ ਇੱਥੇ $1 ਦਾ ਸੀ ਦੁੱਧ ਜੇ ਤੁਸੀਂ ਕੋਲਸ ਬ੍ਰਾਂਡ ਦਾ ਲੈਣੇ ਆ ਜੇ ਤੁਸੀਂ ਫਾਰਮਾ ਵਾਲਾ ਦੁੱਧ ਲੈਣੇ ਆ ਇੱਥੇ ਆ ਕੇ ਤੇ ਇਹ ਡਿਫਰੈਂਟ ਹੈ ਡਿਫਰੈਂਟ ਮਿਲੂਗਾ ਤੁਹਾਨੂੰ ਡਿਫਰੈਂਟ ਪ੍ਰਾਈਸ ਦਾ ਮਹਿੰਗਾ ਦੁੱਧ ਆ ਓਕੇ 2 ਲੀਟਰ ਹੀ $7.5 ਦਾ ਲੱਗਾ 2 ਲੀਟਰ A2 ਦਾ ਸਭ ਤੋਂ ਐਕਸਪੈਂਸਿਵ ਸਭ ਤੋਂ ਵਧੀਆ ਜੇ ਤੁਸੀਂ ਲੀਟਰ ਲੈਣਾ ਵਾ ਤੇ $3.5 ਦਾ ਇਟ ਮੀਨਸ ਇੰਡੀਆ ਦੇ 200 ਰੁਪਏ ਇਹ ਇੰਡੀਆ ਦੇ 200 ਰੁਪਏ ਪਰ ਲੀਟਰ ਦੁੱਧ ਆ ਤੇ ਹੋਰ ਵੀ ਸਸਤੇ ਦੁੱਧ ਵੀ ਹੈਗੇ ਆ ਹਾਂ ਨਹੀਂ ਸਸਤੇ ਦੁੱਧ ਨਹੀਂ ਪਰ ਮੇਨ ਗੱਲ ਕਰਦੇ ਆ ਜਿਹੜੇ ਵੀ ਆਪਾਂ ਕੋਲ ਸਟੋਰਸ ਫਿਰ ਰਹੇ ਆ ਸੋ ਜਿਹੜੇ ਕੋਲਸ ਦੇ ਪ੍ਰੋਡਕਟ ਆ ਆਫ ਕੋਰਸ ਚੀਪ ਹੋਣਗੇ ਹਾਂ ਚੀਪ ਹੋਣਗੇ ਤੇ ਇਹਨਾਂ ਦਾ ਇਹ ਆਪਣਾ ਦੁੱਧ ਹੈ ਤੇ ਆਪਾਂ ਬਾਈ ਕਰਾਂਗੇ ਜੀ ਇਹ $4.5 ਦਾ 3 ਲੀਟਰ ਲਾਈਟ ਇਹ 98% ਫੈਟ ਫ੍ਰੀ ਆ ਤੇ ਇਹ ਇੰਡੀਆ ਹਿਸਾਬ ਨਾਲ ਪਿਆ 81 ਰੁਪਏ ਦਾ 81 ਰੁਪਏ ਲੀਟਰ ਸੋ ਸਹੀ ਆ ਇਹ 81 ਰੁਪਏ ਲੀਟਰ ਇੰਡੀਆ ਦੇ ਵਿੱਚ ਵਧੀਆ ਦੁੱਧ 60-70 ਰੁਪਏ ਲੀਟਰ ਹੁੰਦਾ ਵਾ ਤੇ ਇਹ 80 ਰੁਪਏ ਲੀਟਰ ਪੈਂਦਾ ਇੱਥੇ ਇੱਕ ਆਪਾਂ ਮੇਨ ਇਨਸਟਰਕਸ਼ਨ ਮੈਂ ਦੇਣਾ ਚਾਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਜਾਂ ਸਾਰੀਆਂ ਕੰਟਰੀਆਂ ਦੇ ਵਿੱਚ ਇੰਡੀਆ ਦੇ ਵਿੱਚ ਜ਼ਰੂਰ ਫਰਕ ਪਿਆਊਗਾ ਕੋਰੋਨਾ ਤੋਂ ਬਾਅਦ ਮਹਿੰਗਾਈ ਬਹੁਤ ਜ਼ਿਆਦਾ ਵਧੀ ਆ ਹੁਣ ਜੇ ਇਹ ਡਾਲਰ ਦਾ ਲੀਟਰ ਸੀ ਕੋਰੋਨਾ ਤੋਂ ਬਾਅਦ ਸਿੱਧਾ ਹੀ $1 ਦਾ ਦੇਖ ਲਓ ਕਿੰਨਾ ਫਰਕ ਪਿਆ ਕਿੰਨੀ ਮਹਿੰਗਾਈ ਹੋਈ ਆ ਸਿਰਫ ਇੰਡੀਆ 'ਚ ਮਹਿੰਗਾਈ ਨਹੀਂ ਹੋਈ ਹਰ ਜਗ੍ਹਾ ਪੂਰੀ ਦੁਨੀਆ 'ਚ ਮਹਿੰਗਾਈ ਹੋਈ ਆ ਸੋ ਦੁੱਧ ਤਾਂ ਆਪਾਂ ਬਾਈ ਕਰ ਲਿਆ ਹੋਇਆ ਇੱਥੇ ਕਾਫੀ ਵੈਰਾਈਟੀ ਆ ਦੁੱਧ ਦੇ ਵਿੱਚ ਵੀ ਤੁਸੀਂ ਆਪਣੀ ਮਰਜ਼ੀ ਨਾਲ ਫੈਟ ਵਾਲਾ ਦੁੱਧ ਵੀ ਲੈ ਸਕਦੇ ਹੋ ਫੈਟ ਫ੍ਰੀ ਵੀ ਲੈ ਸਕਦੇ ਹੋ ਤੇ ਹੁਣ ਇਹ ਆਪਾਂ ਕਰਡ ਵਾਲੇ ਸੈਕਸ਼ਨ ਦੇ ਵਿੱਚ ਇੱਥੇ ਕਾਫੀ ਤਰ੍ਹਾਂ ਦੇ ਕਰਡ ਯੋਗਟ ਜੋ ਮਰਜ਼ੀ ਕਹਿ ਲਓ ਤੇ ਆਪਾਂ ਬਾਈ ਕੀਤਾ ਵਾ ਜੀ ਆ ਫੈਟ ਫ੍ਰੀ ਇਹ ਪਿਆ ਵਾ ਆਲਮੋਸਟ $8 ਦਾ 7.95 ਕਰਡ ਕਾਫੀ ਮਹਿੰਗਾ ਵਾ ਇੱਥੇ ਕਾਫੀ ਤਰ੍ਹਾਂ ਦੇ ਇੱਥੇ ਕਰਡ ਮਿਲਦੇ ਆ ਤੇ ਸਭ ਤੋਂ ਚੀਪੈਸਟ ਕਰਡ ਇੱਥੇ ਹੈਗਾ ਵਾ $4 ਦਾ ਸਟਾਰਟਿੰਗ ਕਰਡ ਦੀ $4 ਦੀ ਹੁੰਦੀ ਆ ਉੱਥੋਂ ਲੈ ਕੇ ਇੱਥੋਂ ਤੱਕ ਸਾਰਾ ਸੈਕਸ਼ਨ ਹੈਗਾ ਵਾ ਬ੍ਰੈਡਸ ਦਾ ਤੇ ਆਪਾਂ ਬਾਈ ਕੀਤੀ ਹੈ ਜੀ ਸੈਕਸ਼ਨ ਹੀ ਦਿਖਾ ਰਹੇ ਆਪਾਂ ਉੱਤੋਂ ਤੋਂ ਦਿਖਾ ਰਹੇ ਤੇ ਆਪਾਂ ਬਾਈ ਕੀਤੀ ਹੈ ਜੀ ਹਾਈ ਫਾਈਬਰ ਮਲਟੀ ਗ੍ਰੇਨ ਪਿਛਲੇ 4 ਦਿਨਾਂ ਤੋਂ ਆਪਾਂ ਇਹੀ ਬ੍ਰੈਡ ਖਾ ਰਹੇ ਬਹੁਤ ਟੇਸਟੀ ਆ ਯਾਰ ਇਹ ਚਾਹੇ ਤੁਸੀਂ ਨਿਊਟੇਲਾ ਲਾ ਕੇ ਖਾ ਲਓ ਚਾਹੇ ਤੁਸੀਂ ਟੋਸਟ ਬਣਾ ਲਓ ਜੋ ਮਰਜ਼ੀ ਕਰ ਲਓ ਕੋਕਾ ਕੋਲਾ ਹੋ ਗਿਆ ਮਿੰਨੀ ਨੋ ਸ਼ੂਗਰ ਹੋ ਗਿਆ ਆ ਸਾਰੇ ਆ ਵਨੀਲਾ ਫਲੇਵਰ ਸੋ ਇੱਥੇ ਕੋਲਡ ਡਰਿੰਕ ਤੁਹਾਨੂੰ ਇਦਾਂ ਮਿਲਦੀ ਆ ਇਹ ਤੁਸੀਂ ਬਾਕਸ ਲੈਣੇ ਆ ਆ ਸਾਰੇ ਹੈਗੇ ਕੈਨਸ ਇੱਥੋਂ ਕੈਰੀ ਕਰ ਸਕਦੇ ਹੋ ਪਰ ਕੋਲਡ ਡਰਿੰਕਸ ਆਪਾਂ ਨਹੀਂ ਲੈਣੀਆਂ ਆ ਦੇਖੋ ਹਰ ਇੱਕ ਤਰ੍ਹਾਂ ਦੀ ਕੋਲਡ ਡਰਿੰਕਸ ਹੈਗੀਆਂ ਨੇ ਮਾਊਂਟਨ ਡਿਊ
ਲੈਮਨੇਡ ਆਪਾਂ ਪਾਣੀ ਚੱਕਣਾ ਵਾ ਆਪਣੇ ਹੋ ਗਏ ਪਾਣੀ ਪੌਪਕਾਰਨ ਹੈਗੇ ਆਪਣੇ ਕੋਲ ਆਪਣੇ ਕੋਲ ਚਾਰ ਪੈਕਟ ਪਏ ਘਰੇ ਪੌਪਕਾਰਨ ਹੈਗੇ ਰਾਤ ਨੂੰ ਨੈਟਫਲਿਕਸ ਤੇ ਮੂਵੀਸ ਲਾ ਕੇ ਤੇ ਪੌਪਕਾਰਨ ਨਾਲ ਖਾਈਦੇ ਆ ਤੇ ਪਾਣੀ ਇੱਥੇ ਪਾਣੀ ਵੀ ਆਪਣੇ ਤੋਂ ਆਪਾਂ ਪਾਣੀ ਥੋੜਾ ਜਿਹਾ ਇਹ ਤਾਂ ਪੀਨੇ ਆ ਕਿਉਂਕਿ ਉਹਦਾ ਨਹੀਂ ਵੀ ਪੀ ਸਕਦੇ ਹਾਂ ਬਟ ਕੋਈ ਜ਼ਿਆਦਾ ਆਪਾਂ ਸ਼ੋਅ ਆਫ ਨਹੀਂ ਕਰ ਰਹੇ ਇਹ ਪਾਣੀ ਮੈਂ ਤਾਂ ਪੀਨਾ ਕਿਉਂਕਿ ਇਹ ਪੀਣ ਨਾਲ ਮੈਨੂੰ ਬਹੁਤ ਲੱਗਿਆ ਕਿ ਮੇਰਾ ਸਟਮਕ ਬਹੁਤ ਸਹੀ ਓਕੇ ਮਤਲਬ ਕਿ ਆਪਣੀ ਆਪਣੀ ਮਰਜ਼ੀ ਤੁਸੀਂ ਘਰ ਦਾ ਪਾਣੀ ਪੀਣਾ ਜਾਂ ਬਾਹਰ ਦਾ ਪੀਣਾ ਇਹ ਜਿਹੜੀ ਪਾਣੀ ਦੀ ਕੈਨੀ ਹੈ 10 ਲੀਟਰ ਦੀ ਇਹ ਮਿਲਦੀ ਹੈ ਜੀ $4.50 ਦੀ ਆਪਾਂ ਇੱਕ ਚੱਕ ਲਈ ਹੋਈ ਹੈ ਘਰੇ ਵੈਸੇ ਪਾਣੀ ਹੈਗਾ ਵਾ ਆਲਰੇਡੀ ਇਹ ਸਾਰਾ ਸੈਕਸ਼ਨ ਹੈਗਾ ਵਾ ਇੰਡੀਅਨ ਇੱਥੇ ਇੰਡੀਅਨ ਸਮਾਨ ਮਿਲਦਾ ਵਾ ਇੰਡੀਆ ਤੋਂ ਇੰਪੋਰਟ ਹੋ ਕੇ ਇੱਥੇ ਹੁੰਦਾ ਵਾ ਪਾਰਲੇ ਜੀ ਐਕਸਪੋਰਟ ਪੈਕ ਚਲੋ ਆਪਾਂ ਇੱਥੋਂ ਕੁਛ ਨਹੀਂ ਬਾਏ ਕਰਨਾ ਕਿਉਂਕਿ ਇਹ ਦਾਲਾਂ ਹੈਗੀਆਂ ਆਪਣੇ ਤੋਂ ਜਿੱਦਾਂ ਜਿੱਦਾਂ ਖਤਮ ਹੋ ਜਾਂਦੀ ਹੈ ਕੋਈ ਦਾਲ ਖਤਮ ਹੋ ਗਈ ਆਪਾਂ ਇੱਥੋਂ ਚੱਕ ਲੈਂਦੇ ਹਾਂ ਤੇ ਗਾਇਸ ਫਾਈਨਲੀ ਸਾਡੀ ਗਰੋਸਰੀ ਕੰਪਲੀਟ ਹੋ ਚੁੱਕੀ ਹੈ ਜੀ ਆਹ ਦੇਖੋ ਆਹ ਸਾਰੀ ਆਪਾਂ ਬਾਏ ਕੀਤੀ ਆ ਇਹ ਕਿੰਨੇ ਪ੍ਰਾਈਸ ਦੀ ਪਈ ਆ ਉਹ ਤੁਹਾਨੂੰ ਦੱਸਦੇ ਹਾਂ ਅਤੇ ਇੱਥੇ ਆਪਾਂ ਬਿੱਲ ਵੀ ਸਭ ਕੁਛ ਆਪ ਹੀ ਕਰਨਾ ਸਭ ਕੁਛ ਸਕੈਨ ਆਪ ਕਰਨਾ ਵਾ ਇਹ ਇਹ ਇੱਦਾਂ ਆਹ ਦੇਖੋ ਚਲੋ ਜੀ ਇੱਥੇ ਆਪਾਂ ਖੁਦ ਵੀ ਬਿੱਲ ਕਰ ਸਕਦੇ ਹਾਂ ਉੱਧਰ ਇੰਪਲੋਈ ਵੀ ਹੈਗੇ ਆ ਤੁਹਾਡੀ ਮਰਜ਼ੀ ਆ ਤੁਸੀਂ ਸੈਲਫ ਬਿੱਲ ਕਰਨਾ ਵਾ ਸੈਲਫੀ ਕਰ ਸਕਦੇ ਹੋ ਚਲੋ ਵੀਰੇ ਅੱਜ ਦੀ ਗਰੋਸਰੀ ਦੇ ਵਿੱਚ ਫਰੂਟਸ ਹੈਗੇ ਆ ਸਬਜ਼ੀਆਂ ਹੈਗੀਆਂ ਵਾ ਚਿਕਨ ਹੈਗਾ ਵਾ ਦੁੱਧ ਹੈਗਾ ਵਾ ਆਹ ਸਾਰੇ ਅਨੀਅਨਸ ਆ ਮਿਲਕ ਫਿਸ਼ ਕਰਡ ਨੂਟੈਲਾ ਬਿਸਕਿਟ ਚਿਕਨ ਮਸ਼ਰੂਮ ਮਿਕਸ ਫਰੂਟ ਜੂਸ ਐਂਡ ਬੈਰੀਸ ਹੁਣ ਦੇਖਦੇ ਹਾਂ ਕਿ ਬਿੱਲ ਕਿੰਨਾ ਹੁੰਦਾ ਵਾ ਹੁਣ ਤੁਹਾਨੂੰ ਦੱਸਦੇ ਕਿ ਇੱਥੇ ਇਹ ਸਾਰਾ ਬਿੱਲ ਕਿੱਦਾਂ ਹੁੰਦਾ ਵੇਟ ਕਿੱਦਾਂ ਹੁੰਦਾ ਵਾ ਜਿਵੇਂ ਆਹ ਹੈਗੇ ਪੀਚੀਸ ਰੱਖੇ ਜਿਹੜੇ ਸਕੈਨ ਆ ਉਹ ਤਾਂ ਸਕੈਨ ਹੋ ਜਾਣਾ ਜਿਹੜੀ ਚੀਜ਼ ਉਹ ਕਰਨੀ ਇਨ ਸਰਚ ਆਪਾਂ ਜਾਵਾਂਗੇ ਪਾਪੂਲਰ ਚਲੋ ਚਲ ਜਾਓ ਪੀ ਪੀਚੀਸ ਹਾਂਜੀ ਅਤੇ ਪੀਚੀਸ ਆ ਜਾਣੇ ਆ ਕੁਝ ਯੈਲੋ ਪੀਚੀ ਵਾਈਟ ਪੀਚੀਸ ਆਪਾਂ ਵਾਈਟ ਲਾਏ ਸੀ ਉਦੋਂ ਹਾਂਜੀ ਵਾਈਟ ਦੱਬ ਦਿੱਤੇ ਇਹਨੇ ਆਪੀ ਬਿੱਲ ਕਰ ਦੇਣਾ ਆਹ ਦੇਖੋ ਅਤੇ ਜਦੋਂ ਹੋ ਗਿਆ ਇੱਧਰ ਰੱਖ ਦੇਣਾ ਇਹ ਮਸ਼ੀਨ ਨੇ ਖੁਦ ਹੀ ਵੇਟ ਦੇ ਹਿਸਾਬ ਨਾਲ ਪ੍ਰਾਈਸ ਲਾ ਦੇਣਾ ਇਹ ਮਸ਼ੀਨ ਖੁਦ ਹੀ ਇਹਦਾ ਵੇਟ ਕਰ ਲੈਂਦੀ ਆ ਅਤੇ ਕਈ ਵਾਰੀ ਖੁਦ ਹੀ ਡਿਟੈਕਟ ਕਰ ਲੈਂਦੀ ਕੀ ਚੀਜ਼ ਆ ਕੀ ਆਈਟਮ ਆ ਬਾਕੀ ਤਾਂ ਸਾਰਿਆਂ 'ਤੇ ਬਾਰਕੋਡਸ ਲੱਗੇ ਹੁੰਦੇ ਆ ਉਹ ਸਕੈਨ ਕਰ ਲਈਦੇ ਇੱਥੇ ਅੱਜ ਆਪਾਂ ਜਿੰਨੀ ਵੀ ਗਰੋਸਰੀ ਬਾਏ ਕੀਤੀ ਆ ਇਹ ਸਾਰੀ ਇਹ ਆਈ ਹੈ ਜੀ $124 ਦੀ $63.60 ਆਹ ਦੇਖੋ ਅਤੇ ਇਹ 'ਤੇ ਸਾਨੂੰ ਔਫ ਵੀ ਮਿਲਿਆ ਵਾ $20 ਦਾ ਉਹ ਔਫ ਮਿਲਦਾ ਆ ਆਹ ਤੁਹਾਨੂੰ ਦਿਖਾਉਂਦੇ ਹਾਂ ਫਲਾਈ ਬਾਇਜ਼ ਕਾਰਡ ਜੇ ਤੁਸੀਂ ਇਹਨੂੰ ਯੂਜ਼ ਕਰਦੇ ਹਾਂ ਤਾਂ ਤੁਸੀਂ ਸਕੈਨ ਕਰਦੇ ਹਾਂ ਇਹ ਤੁਹਾਨੂੰ ਡੀਲਸ ਮਿਲਦੀਆਂ ਅਤੇ ਉਹਦੇ ਡੀਲਸ ਦੇ ਹਿਸਾਬ ਨਾਲ ਤੁਹਾਨੂੰ $20 ਔਫ $10 ਔਫ ਪੁਆਇੰਟਸ ਦੇ ਹਿਸਾਬ ਨਾਲ ਮਿਲਦੀ ਹੈ 2000 ਪੁਆਇੰਟ 'ਤੇ $10 ਓਕੇ ਸੋ ਸਾਰੀ ਗਰੋਸਰੀ ਸਾਨੂੰ ਪਈ ਹੈ ਜੀ $100 ਦੀ ਇੰਡੀਆ ਦੇ 5500 ਰੁਪਏ ਦੀ ਆ ਸਾਰੀ ਫਾਈਨਲੀ ਗਾਇਸ ਸਾਡੀ ਗਰੋਸਰੀ ਕੰਪਲੀਟ ਹੋ ਚੁੱਕੀ ਆ ਤੇ ਹੁਣ ਅਸੀਂ ਇਹ ਟਰਾਲੀ ਨੂੰ ਸਿੱਧਾ ਘਰ ਦੇ ਅੰਦਰ ਸਿੱਧਾ ਘਰ ਦੇ ਅੰਦਰ ਜਾਣਾ ਦੇਖ ਸਟੋਰ ਦੇ ਲਾਗੇ ਘਰ ਹੋਣ ਦਾ ਕੀ ਫਾਇਦਾ ਵਾ ਕਿ ਇਹ ਟਰਾਲੀ ਸਿੱਧੀ ਘਰ ਤੱਕ ਜਾਊਗੀ ਘਰੇ ਜਾ ਕੇ ਖਾਲੀ ਕਰਕੇ ਤੇ ਫਿਰ ਇਹਨੂੰ ਆਪਾਂ ਥੱਲੇ ਛੱਡ ਜਾਵਾਂਗੇ ਫਿਰ ਚੱਲੇ ਛੱਡ ਜਾਵਾਂਗੇ ਜਾਂ ਕੱਲ੍ਹ ਛੱਡ ਜਾਵਾਂਗੇ ਹਾਂ ਦੇਖ ਲਓ ਕੋਈ ਚੱਕਰ ਕਿ ਆਪਾਂ ਇਹ ਟਰਾਲੀ ਨੂੰ ਘਰ ਲੈ ਕੇ ਜਾ ਸਕਦੇ ਸਿੱਧਾ ਹੀ ਕਿੰਨਾ ਫਾਇਦਾ ਨਾ ਸਮਾਨ ਚੱਕਣ ਦੀ ਕੋਈ ਲੋੜ ਹੀ ਨਹੀਂ ਇੱਦਾਂ ਹੀ ਆਪਾਂ ਰੇੜ ਕੇ ਲੈ ਜਾਣੀ ਘਰ ਤੱਕ ਅਤੇ ਸਮਾਨ ਜਾ ਕੇ ਆਪਾਂ ਘਰੇ ਰੱਖ ਦੇਣਾ ਵਾ ਜਾ ਕੇ ਖਾਂਦੇ ਮੈਂਗੋ ਮੈਂਗੋਜ਼ ਓਕੇ ਨਾਈਸ ਆ ਯਾਰ ਫਿਰ ਤਾਂ ਲਓ ਜੀ ਇਹ ਟਰੋਲੀ ਆਪਣੀ ਸਿੱਧੀ ਘਰ ਆਈ ਆ